ਅੱਧੀ ਰਾਤ ਨੂੰ ਚੋਰਾਂ ਦੇ ਵੱਲੋਂ ਇੱਕ ਟੈਲੀਕਾਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿੱਚੋਂ ਮਹਿੰਗੇ ਮੁੱਲ ਦੇ ਫੋਨ ਚੱਕ ਕੇ ਇਹ ਚੋਰ ਫਰਾਰ ਹੋ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਾਤਿਰ ਚੋਰ ਪਹਿਲਾਂ ਤਾਂ ਰਾਡ ਪਾ ਕੇ ਜੋ ਸ਼ਟਰ ਹੈ ਦੁਕਾਨ ਦਾ ਉਸਨੂੰ ਤੋੜਦਾ ਹੈ ਤੇ ਫਿਰ ਉਸਦੇ ਨਿੱਚੋ ਤੇ ਦਾਖਲ ਹੋ ਕੇ ਦੁਕਾਨ ਦੇ ਅੰਦਰ ਪਹਿਲਾਂ ਤਾਂ ਗੱਲੇ ਦੇ ਵਿੱਚ ਪਈ ਨਕਦੀ ਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਮਹਿੰਗੇ ਮੁੱਲ ਦੇ ਫੋਨ ਅਤੇ ਹੋਰ ਵੀ ਅਸੈਸਰੀ ਪਈ ਹੁੰਦੀ ਹੈ ਉਸ ਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਹੈ, ਜਿਸ ਦੇ ਕਾਰਨ ਟੈਲੀਕਾਮ ਦੀ ਦੁਕਾਨ ਵਾਲੇ ਦਾ ਵੱਡਾ ਨੁਕਸਾਨ ਹੋਇਆ। ਪਰ ਘਟਨਾ ਸੀਸੀਟੀਵੀ ਦੇ ਵਿੱਚ ਵੀ ਜ਼ਰੂਰ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਜੋ ਆਪਣੇ ਮੋਢੇ ਦੇ ਉੱਤੇ ਪਹਿਲਾਂ ਤਾਂ ਬੱਲੀ ਚੱਕ ਕੇ ਆ ਰਿਹਾ ਅਤੇ ਉਸਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਉਸਦੇ ਕੋਲ ਲੋਹੇ ਦੀ ਰਾਡ ਸੀ, ਜਿਸ ਦੇ ਨਾਲ ਉਸਨੇ ਸ਼ਟਰ ਨੂੰ ਤੋੜਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਤੇ ਜਦੋਂ ਦੁਕਾਨਦਾਰ ਮੌਕੇ ਦੇ ਉੱਤੇ ਦੁਕਾਨ ਖੋਲ੍ਹਣ ਦੇ ਲਈ ਪਹੁੰਚਿਆ ਤਾਂ ਉਸਨੇ ਸ਼ਟਰ ਦਾ ਹਾਲ ਦੇਖ ਕੇ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਜਿਵੇਂ ਹੀ ਉਹ ਸ਼ਟਰ ਚੁੱਕ ਕੇ ਅੰਦਰ ਵੜਦਾ ਹੈ ਤਾਂ ਅੰਦਰ ਦਾ ਹਾਲ ਦੇਖ ਕੇ ਉਸਦੇ ਹੋਸ਼ ਹੀ ਉੱਡ ਜਾਂਦੇ ਨੇ, ਕਿਉਂਕਿ ਅੰਦਰ ਜੋ ਨਕਦੀ ਪਈ ਹੁੰਦੀ ਹੈ ਗੱਲੇ ਦੇ ਵਿੱਚ ਉਹ 'ਤੇ ਵੀ ਹੱਥ ਸਾਫ਼ ਕੀਤਾ ਹੁੰਦਾ ਅਤੇ ਨਾਲ ਹੀ ਮਹਿੰਗੇ ਮੁੱਲ ਦੇ ਫੋਨ ਵੀ ਗਾਇਬ ਹੁੰਦੇ ਨੇ। ਜਿਸ ਤੋਂ ਬਾਅਦ ਜਦੋਂ ਸੀਸੀਟੀਵੀ ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਦੁਕਾਨ ਦੇ ਅੰਦਰ ਵੜਦਾ ਅਤੇ ਸਾਰੇ ਹੀ ਮਹਿੰਗੇ ਮੁੱਲ ਦੇ ਜੋ ਫੋਨ ਨੇ ਉਹਨਾਂ ਦੇ ਉੱਤੇ ਹੱਥ ਸਾਫ਼ ਕਰ ਦਿੰਦਾ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਚੋਰ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅੱਧੀ ਰਾਤ ਨੂੰ ਚੋਰਾਂ ਦੇ ਵੱਲੋਂ ਇੱਕ ਟੈਲੀਕਾਮ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਵਿੱਚੋਂ ਮਹਿੰਗੇ ਮੁੱਲ ਦੇ ਫੋਨ ਚੱਕ ਕੇ ਇਹ ਚੋਰ ਫਰਾਰ ਹੋ ਗਿਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਾਤਿਰ ਚੋਰ ਪਹਿਲਾਂ ਤਾਂ ਰਾਡ ਪਾ ਕੇ ਜੋ ਸ਼ਟਰ ਹੈ ਦੁਕਾਨ ਦਾ ਉਸਨੂੰ ਤੋੜਦਾ ਅਤੇ ਫਿਰ ਉਸਦੇ ਨਿੱਚੋ ਤੇ ਦਾਖਲ ਹੋ ਕੇ ਦੁਕਾਨ ਦੇ ਅੰਦਰ ਪਹਿਲਾਂ ਤਾਂ ਗੱਲੇ ਦੇ ਵਿੱਚ ਪਈ ਨਕਦੀ ਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਮਹਿੰਗੇ ਮੁੱਲ ਦੇ ਫੋਨ ਅਤੇ ਹੋਰ ਵੀ ਅਸੈਸਰੀ ਪਈ ਹੁੰਦੀ ਹੈ ਉਸਦੇ ਉੱਤੇ ਹੱਥ ਸਾਫ਼ ਕੀਤਾ ਜਾਂਦਾ ਹੈ, ਜਿਸ ਦੇ ਕਾਰਨ ਟੈਲੀਕਾਮ ਦੀ ਦੁਕਾਨ ਵਾਲੇ ਦਾ ਵੱਡਾ ਨੁਕਸਾਨ ਹੋਇਆ। ਪਰ ਘਟਨਾ ਸੀਸੀਟੀਵੀ ਦੇ ਵਿੱਚ ਵੀ ਜ਼ਰੂਰ ਕੈਦ ਹੋਈ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਜੋ ਆਪਣੇ ਮੋਢੇ ਦੇ ਉੱਤੇ ਪਹਿਲਾਂ ਤਾਂ ਬੱਲੀ ਚੱਕ ਕੇ ਆ ਰਿਹਾ ਅਤੇ ਉਸਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਉਸਦੇ ਕੋਲ ਲੋਹੇ ਦੀ ਰਾਡ ਸੀ, ਜਿਸ ਦੇ ਨਾਲ ਉਸਨੇ ਸ਼ਟਰ ਨੂੰ ਤੋੜਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਅਤੇ ਜਦੋਂ ਦੁਕਾਨਦਾਰ ਮੌਕੇ ਦੇ ਉੱਤੇ ਦੁਕਾਨ ਖੋਲ੍ਹਣ ਦੇ ਲਈ ਪਹੁੰਚਿਆ ਤਾਂ ਉਸਨੇ ਸ਼ਟਰ ਦਾ ਹਾਲ ਦੇਖ ਕੇ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਅਤੇ ਜਿਵੇਂ ਹੀ ਉਹ ਸ਼ਟਰ ਚੁੱਕ ਕੇ ਅੰਦਰ ਵੜਦਾ ਹੈ ਤਾਂ ਅੰਦਰ ਦਾ ਹਾਲ ਦੇਖ ਕੇ ਉਸਦੇ ਹੋਸ਼ ਹੀ ਉੱਡ ਜਾਂਦੇ ਨੇ, ਕਿਉਂਕਿ ਅੰਦਰ ਜੋ ਨਕਦੀ ਪਈ ਹੁੰਦੀ ਹੈ ਗੱਲੇ ਦੇ ਵਿੱਚ ਉਹ 'ਤੇ ਵੀ ਹੱਥ ਸਾਫ਼ ਕੀਤਾ ਹੁੰਦਾ ਅਤੇ ਨਾਲ ਹੀ ਮਹਿੰਗੇ ਮੁੱਲ ਦੇ ਫੋਨ ਵੀ ਗਾਇਬ ਹੁੰਦੇ ਨੇ। ਜਿਸ ਤੋਂ ਬਾਅਦ ਜਦੋਂ ਸੀਸੀਟੀਵੀ ਚੈੱਕ ਕੀਤੀ ਜਾਂਦੀ ਹੈ ਤਾਂ ਉਸਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚੋਰ ਦੁਕਾਨ ਦੇ ਅੰਦਰ ਵੜਦਾ ਹੈ ਅਤੇ ਸਾਰੇ ਹੀ ਮਹਿੰਗੇ ਮੁੱਲ ਦੇ ਜੋ ਫੋਨ ਨੇ ਉਹਨਾਂ ਦੇ ਉੱਤੇ ਹੱਥ ਸਾਫ਼ ਕਰ ਦਿੰਦਾ ਹੈ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਇੱਕ ਚੋਰ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।